ਸਾਡਾ 10-12 ਫੁੱਟ ਦਾ ਰਾਵਣ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬਣਦਾ ਆ, ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਊਂਟ ਦੇ ਵਿੱਚ 20-22 ਫੁੱਟ ਤੱਕ ਇਹ ਬਣਵਾ ਲੈਂਦੇ ਸੀਗੇ। ਆਪਾਂ 20-22 ਫੁੱਟ ਦਾ ਜਿੱਦਾਂ ਰਾਵਣ ਹੁੰਦਾ ਸੀ ਉਹਨੂੰ ਵੀ ਹੁਣ ਉਨੇ ਬਜਟ 'ਚ 10-12 ਫੁੱਟ ਦਾ ਆ ਗਿਆ, ਜਿਸ ਕਾਰਨ ਕਿ ਮਹਿੰਗਾਈ ਦੇ ਕਾਰਨ ਰਾਵਣ ਦਾ ਕੱਦ ਵੀ ਛੋਟਾ ਹੁੰਦਾ ਜਾ ਰਿਹਾ। ਕੰਮ ਹੀ ਨਹੀਂ ਹੈਗਾ, ਗਾਹਕ ਚਾਹ ਜ਼ਿਆਦਾ ਵੱਧ ਪੈਸਾ ਖਾਂਦਾ ਹੀ ਨਹੀਂ, ਠੀਕ ਹੈ ਜੀ, ਪੈਸੇ ਵੀ ਪੂਰੇ ਕਰੇ ਕਿੱਥੇ ਕਰੀ ਜਾਓ। ਜਿੱਥੇ ਆਮ ਵਿਅਕਤੀ ਨੂੰ ਮਹਿੰਗਾਈ ਦੀ ਮਾਰ ਸਤਾ ਰਹੀ ਹੈ, ਉੱਥੇ ਹੀ ਹੁਣ ਮਹਿੰਗਾਈ ਦੀ ਮਾਰ ਰਾਵਣ ਦੇ ਬੁੱਤਾਂ 'ਤੇ ਵੀ ਪੈ ਰਹੀ ਹੈ। ਮਹਿੰਗਾਈ ਦੇ ਕਾਰਨ ਰਾਵਣ ਦੇ ਬੁੱਤਾਂ ਦਾ ਕੱਦ ਲਗਾਤਾਰ ਘੱਟ ਰਿਹਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਦ ਰਾਵਣ ਦੇ ਬੁੱਤ ਤਿਆਰ ਕੀਤੇ ਜਾਂਦੇ ਸੀ, ਜਿੰਨੀ ਕੀਮਤ ਦੇ ਵਿੱਚ 20-25 ਫੁੱਟ ਦਾ ਰਾਵਣ ਦਾ ਬੁੱਤ ਤਿਆਰ ਕੀਤਾ ਜਾਂਦਾ ਸੀ, ਹੁਣ ਉਨੀ ਕੀਮਤ ਦੇ ਵਿੱਚ ਇਹ ਰਾਵਣ ਦਾ ਪੁਤਲਾ 10-12 ਫੁੱਟ 'ਤੇ ਆ ਗਿਆ ਹੈ। ਮੇਰਾ ਨਾਮ ਦੀਪਕ ਕੁਮਾਰ ਹੈ ਔਰ ਆਪਾਂ ਜਿਹੜੀ ਰਾਮਲੀਲਾ ਕਰੀਦੇ ਹਾਂ ਬਜਰੀ ਕੰਪਨੀ ਦੇ ਵਿੱਚ ਹੀ ਕਰੀਦੇ ਹਾਂ, ਅਤੇ ਆਪਾਂ ਪਿਛਲੇ 10-12 ਸਾਲ ਤੋਂ ਜਿਹੜੀ ਰਾਮਲੀਲਾ ਕਰਦੇ ਪਏ ਹਾਂ। ਦਿੱਕਤਾਂ ਦੀ ਅਗਰ ਗੱਲ ਕਰੀਏ ਤਾਂ ਹੁਣ ਦੇ ਟਾਈਮ 'ਚ ਔਰ ਪਿਛਲੇ ਟਾਈਮ ਦੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ ਰਾਵਣ ਬਣਾਉਣ ਦੇ ਵਿੱਚ ਜਾਂ ਰਾਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ ਕਿ ਪਹਿਲਾਂ ਜਿਹੜਾ ਬਜਟ ਸੀਗਾ ਉਹ ਸਾਡਾ ਥੋੜ੍ਹੇ ਬਜਟ ਦੇ ਵਿੱਚ ਕਾਫੀ ਕੁਛ ਜਿਹੜਾ ਅਸੀਂ ਕਰ ਸਕਦੇ ਸੀ, ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਅਤੇ ਆਪਾਂ ਅਗਰ ਅੱਜ ਦੇ ਟਾਈਮ 'ਚ ਰਾਵਣ ਵੀ ਬਣਵਾਉਣ ਜਾਂਦੇ ਹਾਂ ਤੇ ਸਾਡਾ 10-12 ਫੁੱਟ ਦਾ ਰਾਵਣ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬਣਦਾ ਆ, ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਊਂਟ ਦੇ ਵਿੱਚ 20-22 ਫੁੱਟ ਤੱਕ ਇਹ ਬਣਵਾ ਲੈਂਦੇ ਸੀਗੇ। ਤੇ ਇਸ ਤੋਂ ਇਲਾਵਾ ਜਿਵੇਂ ਜਿੱਥੇ ਆਪਣਾ ਸਟੇਜ ਤੇ ਕਰੀਦਾ ਉਸ ਸਟੇਜ ਤੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਜੋ ਯੂਨੀਫਾਰਮਸ ਆ ਰਹੀਆਂ, ਜੋ ਪਾਰਟੀਸਪੇਟ ਕਰ ਰਹੇ ਆ ਉਹਨਾਂ ਲਈ ਜੋ ਹਥਿਆਰ ਵਗੈਰਾ ਜਾਂ ਜੋ ਵੀ ਡਮੀਜ਼ ਵਗੈਰਾ ਆ ਰਹੀਆਂ ਉਹ ਸਾਰੀਆਂ ਇਸ ਟਾਈਮ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਔਰ ਇਹੀ ਪ੍ਰੋਬਲਮ ਆ ਰਹੀ ਹੈ। ਪਹਿਲੇ ਦੇ ਹਿਸਾਬ ਨਾਲ ਅਗਰ ਅਸੀਂ ਚੱਲੀਏ ਤੇ ਰਾਵਣ ਆਪਾਂ ਆਪ ਵੀ ਤਿਆਰ ਕਰ ਲਈਦਾ ਜੀ, ਪਰ ਹੁਣ ਟਾਈਮ ਲਿਮਿਟ ਘੱਟ ਹੋਣ ਦੇ ਕਾਰਨ ਸਾਰੇ ਜਿਵੇਂ ਕਿ ਬਿਜ਼ੀ ਆ, ਹਰ ਬੰਦਾ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿੰਦਾ ਤੇ ਸਾਨੂੰ ਰਾਵਣ ਜਿਹੜਾ ਬਾਹਰੋਂ ਹੀ ਬਣਵਾਉਣਾ ਪੈਂਦਾ, ਪਰ ਜਿਵੇਂ ਤੁਹਾਨੂੰ ਦੱਸਿਆ ਕਿ ਮਹਿੰਗਾਈ ਦੇ ਕਾਰਨ ਉਹ ਵੀ ਸਾਨੂੰ ਇਸ ਵੇਲੇ ਬੜਾ ਕੋਸਟਲੀ ਪੈ ਰਿਹਾ ਕੰਮ ਨਾ। ਜਿੱਦਾਂ ਆਪਾਂ ਪਹਿਲਾਂ ਰਾਮਲੀਲਾ ਕਰਦੇ ਹੁੰਦੇ ਸੀ ਉਸ ਟਾਈਮ ਤੇ ਨਾ ਆਪਾਂ ਮਹਿੰਗਾਈ ਜਿੱਦਾਂ ਬਜਟ ਸੀ ਸਾਡਾ ਆਪਾਂ 3 ਪੁਤਲੇ ਜਲਾਉਂਦੇ ਹੁੰਦੇ ਸੀ, ਜਿਸ ਕਾਰਨ ਪਿਛਲੇ ਸਾਲ ਤੇ ਜਿੰਨਾ ਕੁ ਹਜੇ ਬਜਟ ਹੁੰਦਾ ਸੀ ਉਸ ਆਪਾਂ ਉਹਨੂੰ 3 ਪੁਤਲਿਆਂ ਨੂੰ ਘਟਾ ਕੇ 1 ਪੁਤਲੇ ਤੇ ਆ ਗਏ ਸੀ, ਲੇਕਿਨ ਇਸ ਸਾਲ ਮਹਿੰਗਾਈ ਇੰਨੀ ਕੁ ਵੱਧ ਗਈ ਹੈ ਕਿ ਆਪਾਂ 20-22 ਫੁੱਟ ਦਾ ਜਿੱਦਾਂ ਰਾਵਣ ਹੁੰਦਾ ਸੀ ਉਹਨੂੰ ਵੀ ਹੁਣ ਉਨੇ ਬਜਟ 'ਚ 10-12 ਫੁੱਟ ਦਾ ਆ ਗਿਆ, ਜਿਸ ਕਾਰਨ ਕਿ ਮਹਿੰਗਾਈ ਦੇ ਕਾਰਨ ਰਾਵਣ ਦਾ ਕੱਦ ਵੀ ਛੋਟਾ ਹੁੰਦਾ ਜਾ ਰਿਹਾ। ਭਾਈ ਮਹਿੰਗਾਈ ਬੜੀ ਹੈ ਤੇ ਖਰਚਾ ਬੜਾ ਹੈਗਾ ਤੇ ਗਾਹ ਪੈਸੇ ਭਰਦਾ, ਬਸ 4000 ਦੇ ਥੱਲੇ ਕੋਈ ਗਾਹ ਪੈਸੇ ਭਰਦਾ, ਇਹ ਅਗਰ ਬੰਦੇ ਦਿਨ ਹੈਗੇ ਆ ਚਲੋ ਰੋਟੀਆਂ ਖਰਚਾ ਚੱਲੇ ਚਲੋ ਮਾੜਾ ਮਾੜਾ ਚੱਲੇ ਆ, ਬੰਦੇ ਲੱਗੇ ਹੋਏ ਆ ਮੈਂ ਉਹ ਦਿਹਾੜੀ ਦੇਣੀ ਹੈ, ਇਸ ਕਰਕੇ ਘਰ ਕੰਮ ਘੱਟ ਗਿਆ, ਇੱਥੇ ਕੰਮ ਹੀ ਨਹੀਂ ਹੈਗਾ, ਗਾਹ ਚਾਹ ਜ਼ਿਆਦਾ ਵੱਧ ਪੈਸਾ ਖਾਂਦਾ ਹੀ ਨਹੀਂ, ਠੀਕ ਹੈ ਜੀ, ਪੈਸੇ ਵੀ ਪੂਰੇ ਕਰੇ ਕਿੱਥੇ ਕਰੀ ਜਾਓ। ਰਾਵਣ ਦੇ ਬੁੱਤ ਤਿਆਰ ਕਰਨ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਮਹਿੰਗਾ ਹੋਣ ਕਾਰਨ ਕਾਰੀਗਰ ਹੁਣ ਛੋਟੇ ਕੱਦ ਦੇ ਰਾਵਣ ਬਣਾਉਣ ਦੇ ਲਈ ਮਜਬੂਰ ਹਨ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।